ਸਤਿਕਾਰ ਤੁਹਾਡੇ ਸਾਰਿਆਂ ਵਾਸਤੇ ਇੱਕ ਗੁਣਕਾਰੀ ਰੈਮਡੀ ਲੈ ਕੇ ਆਈ ਹਾਂ ਜਿਹੜੀ ਕਿ ਅੱਜ ਕੱਲ੍ਹ ਦੇ ਦਿਨਾਂ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ। ਸਰਦੀਆਂ ਦੇ ਰੂਹ 'ਤੇ ਜਿਹੜੇ ਸਾਡੇ ਹੱਥ ਪੈਰ ਸੁੰਨ ਠੰਡੇ, ਦਰਦ ਹੋ ਰਹੀ ਹੈ, ਸੋਜ ਹੁੰਦੀ ਹੈ, ਖਾਰਿਸ਼ ਹੁੰਦੀ ਹੈ, ਹੱਥ ਜਿਹੇ ਹੁੰਦੇ ਕਿ ਜਿਵੇਂ ਮਤਲਬ ਆਪਸ 'ਚ ਵੀ ਖੜਖੜ ਕਰਦੇ ਨੇ, ਇਹਨਾਂ ਲਈ ਅਸੀਂ ਘਰ ਵਿੱਚ ਚੀਜ਼ਾਂ ਲਈ ਕੀ ਨੇ, ਕਰੀ ਪੱਤਾ ਨਹੀਂ ਹੁੰਦਾ ਸਾਡੇ ਕੋਲ ਘਰ 'ਚ, ਸਾਡੇ ਗੁਆਂਢੀ ਕੋਲ ਹੋਏਗਾ, ਪਰ ਕਰੀ ਪੱਤਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਘਰ ਵੀ ਲਗਾ ਸਕਦੇ ਹੋ, ਗਮਲੇ 'ਚ ਵੀ ਲਗਾ ਸਕਦੇ ਹੋ। ਇਹਨੂੰ ਕਿਵੇਂ ਤਿਆਰ ਕਰਨਾ ਤੁਹਾਨੂੰ ਦੱਸ ਰਹੀ ਹਾਂ ਮੈਂ। ਇੰਨਾ ਗੈਸ ਨੂੰ ਔਨ ਕਰਤਾ ਤੇਲ ਪਾਇਆ ਥੋੜ੍ਹਾ ਜਿਹਾ, ਕਰੀ ਪੱਤੇ ਪਾਤੇ, ਚੁਟਕੀ ਜਿਹੀ ਹਲਦੀ ਪਾਤੀ, ਚੁਟਕੀ ਜਿਹੀ ਨਮਕ ਪਾਤਾ। ਜਦੋਂ ਪੂਰਾ ਰਿੱਝ ਜਾਏਗਾ ਮੱਠਾ ਕਰਕੇ ਇਹਨੂੰ ਥੋੜ੍ਹਾ ਕਰਾ ਦਿਓ, ਪੱਤੇ ਤਾਂ ਕਲਰ ਚੇਂਜ ਹੋ ਜਾਏਗਾ। ਇਹ ਸਾਡੇ ਲਈ ਇਹਨਾਂ ਮਸਾਜ ਕਰਨੀ ਹੈ। ਤੇਲ ਤਿਆਰ ਹੋ ਗਿਆ, ਪੱਤੇ ਮੈਂ ਵਿੱਚ ਪਾ ਵੀ ਸਕਦੀ ਹਾਂ, ਬਿਨਾਂ ਪੱਤਿਆਂ ਦੇ ਵੀ ਰੱਖ ਸਕਦੇ ਹੋ ਤੁਸੀਂ। ਵੀ ਦੇਖੋ ਮੇਰਾ ਤੇਲ ਬਣਾਇਆ ਹੈ, ਮੈਂ ਹੁਣ ਪੈਰ 'ਤੇ ਮਲ ਰਹੀ ਹਾਂ। ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਮਤਲਬ ਵਾਈਟਸ ਕਿਤੇ ਹੋਰ ਪਾਰ 'ਤੇ ਪੇਨ ਆ, ਲੱਤ 'ਤੇ, ਗੋਡੇ 'ਤੇ, ਉੱਥੇ ਵੀ ਮਲ ਸਕਦੇ ਤੁਸੀਂ। ਇਹਨੂੰ ਚੰਗੀ ਤਰ੍ਹਾਂ ਹੀ ਲਗਾ ਲਿਆ, ਉਂਗਲਾਂ ਦੇ ਵਿਚਕਾਰ ਵੀ ਲਗਾਉਣਾ। ਤੇਲ ਲਗਾਉਣ ਤੋਂ ਬਾਅਦ ਮੈਂ ਫਿਰ ਇਹਨੂੰ 10-15 ਮਿੰਟ ਇੰਝ ਰੱਖਣਾ ਹੈ। ਮਸਾਜ ਅਸੀਂ ਹੋਰ ਵੀ ਕਰ ਸਕਦੇ ਹਾਂ ਅੱਛੀ ਤਰ੍ਹਾਂ। ਫਿਰ ਅਸੀਂ 10-15 ਮਿੰਟ ਰੱਖਣ ਤੋਂ ਬਾਅਦ ਗੁਣਗੁਣੇ ਪਾਣੀ 'ਚ 5-10 ਮਿੰਟ ਅਸੀਂ ਪੈਰ ਆਪਣੇ ਡੁਬੋ ਕੇ ਰੱਖ ਸਕਦੇ ਹਾਂ। ਸਾਡੀ ਪੇਨ, ਦਰਦ, ਖਾਰਿਸ਼ ਸਭ ਦੂਰ ਹੋ ਜਾਏਗੀ, ਔਰ ਪੈਰ ਸਾਡੇ ਗਰਮ ਗਰਮ ਹੋਣਗੇ, ਔਰ ਹੱਥ ਵੀ। ਪਲੀਜ਼ ਟਰਾਈ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ।